ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਦੇਸ਼ ਭਰ 'ਚ ਲੋਕਡਾਊਨ ਲਗਾਇਆ ਹੋਇਆ ਤੇ ਲੋਕਾਂ ਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਆਦੇਸ਼ ਦਿੱਤੇ ਗਏ ਪਰ ਨਿਤ ਦਿਹਾੜੇ ਇਹਨਾਂ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਸ਼ਰੇਆਮ ਦਿਖਾਈ ਦਿੰਦੀਆਂ ਨੇ। ਅਜਿਹਾ ਹੀ ਕੁਝ ਸੁਲਤਾਨਪੁਰ ਲੋਧੀ 'ਚ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਨਸਰੇਵਾਲ ਦੇ ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ ਤੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਅਨਾਜ ਨਹੀਂ ਦਿੱਤਾ ਜਾ ਰਿਹਾ। ਪਿੰਡ ਦੇ ਸਰਪੰਚ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਤੇ ਕੁਝ ਘਰਾਂ ਨੂੰ ਅਨਾਜ ਵੰਡ ਕੇ ਬਾਕੀਆਂ ਨੂੰ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਗਿਆ ਜਿਸ ਦੇ ਸੰਬੰਧ 'ਚ ਉਹ ਇਕੱਠੇ ਹੋਏ ਨੇ। ਭਾਈ ਵੇਖੋ ਜਿੱਦਾਂ ਵੀ ਅਸੀਂ ਪਿੰਡ ਦੇ ਸਰਪੰਚ ਵਾਂ ਅਸੀਂ ਸਵੇਰ ਤੋਂ ਇਹਨਾਂ ਦੇ ਜਿੱਦਾਂ ਦਾਣੇ ਆਏ ਸਰਕਾਰ ਵੱਲੋਂ ਇਹ ਜੋ ਗਰੀਬਾਂ ਵਾਸਤੇ ਦਾਣੇ ਆ ਦਿੱਤੇ ਗਏ ਇਹਨਾਂ ਨੇ ਗਰੀਬਾਂ ਨੂੰ 50-70 ਘਰਾਂ ਨੂੰ ਦਾਣੇ ਦੇ ਕੇ ਤੇ ਮੁੜ ਕੇ ਇਹਨਾਂ ਨੇ ਆਪਸ ਮੈਂ ਗੱਡੀ ਚਲਾ ਦਿੱਤੀ ਆ ਤੁਸੀਂ ਆਪ ਵੀ ਵੇਖ ਰਹੇ ਆ ਜੋ ਸਾਡੇ ਨਾਲ ਇਹ ਹਾਲਾਤ ਕਰ ਰਹੇ ਆ ਇਸ ਕਰਕੇ ਸਾਡੀ ਪੰਜਾਬ ਸਰਕਾਰ ਨੂੰ ਗੌਰਮੈਂਟ ਨੂੰ ਸਾਰੀ ਪਬਲਿਕ ਨੂੰ ਇਹ ਬੇਨਤੀ ਆ ਕਿ ਸਾਡੇ ਗਰੀਬਾਂ ਦੇ ਦਾਣੇ ਇਹਨਾਂ ਦੇ ਹੱਕ ਗਰਾਬਾਂ ਨੂੰ ਦਾਣਿਆਂ ਦੇ ਦਿੱਤੇ ਜਾਣ ਅਸੀਂ ਇਹਨਾਂ ਕੋਲ ਇਹੋ ਹੀ ਮੰਗ ਕੀਤੀ ਸੀ ਕਿ ਵੀ ਇਹਨਾਂ ਗਰੀਬਾਂ ਨੂੰ ਦਾਣੇ ਦਿੱਤੇ ਜਾਣ ਅਸੀਂ ਫਿਰ ਘਰ ਪਰਤੀ ਇਹਨਾਂ ਨੂੰ ਦੋ ਦੋ ਬੋਰੇ ਵੀ ਆਖੇ ਵੀ ਚਲੋ ਦੋ ਦੋ ਬੋਰੇ ਦੇ ਦਿਓ ਇਹਨਾਂ ਦੋ ਦੋ ਬੋਰੇ ਵੀ ਨਹੀਂ ਮੰਨੇ ਅਤੇ ਸਗੋਂ ਕਹਿੰਦੇ ਗੱਡੀ ਚਲਾ ਉਹ ਇਹਨਾਂ ਨੂੰ ਥੱਲੇ ਦੇਵੋ ਇੱਦਾਂ ਕਰੋ ਆਉਂ ਕਰੋ ਸਾਰੇ ਹੀ ਦੌਕੇ ਮਾਰ ਰਹੇ ਹਨ। ਇੱਥੇ ਡੇਮ ਸਿਆਮ ਅੱਜ ਸਾਹਿਬ ਆਏ ਸੀਗੇ ਇੱਥੇ ਮੈਡਮ ਉਹਨਾਂ ਨੇ ਆਖਿਆ ਕਿ ਇਹਨਾਂ ਨੂੰ ਜੇ ਇਹਨਾਂ ਨੂੰ ਮਾਰਨਾ ਹੀ ਚਾਹੁੰਦੇ ਹਨ ਸ਼ੱਕ ਦੇਣੀ ਗੋਲੀ ਮਾਰ ਕੇ ਮਾਰ ਦੇਣਾ ਇਹਨਾਂ ਨੂੰ ਭੁੱਖੇ ਤੇ ਨਾ ਮਾਰਨ। ਇਸ ਦੇ ਨਾਲ ਹੀ ਦੂਜੇ ਪਾਸੇ ਇਸ ਸੰਬੰਧ 'ਚ ਸੁਲਤਾਨਪੁਰ ਲੋਧੀ ਦੇ SDM ਨੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਕਿਹਾ ਕਿ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲਿਆ ਉਹਨਾਂ ਨੂੰ ਜਲਦ ਮੁਹੱਈਆ ਕਰਵਾਇਆ ਜਾਵੇਗਾ। ਪਿੰਡ ਨਸੀਰੇਵਾਲ ਵਿਖੇ ਜਿਹੜੇ ਕਾਰਡ ਹੋਲਡਰ ਸੀਗੇ ਉਹਨਾਂ ਨੂੰ ਕਣਕ ਜਿਹੜੀ ਹੈਗੀ ਉਹ ਵੰਡ ਦਿੱਤੀ ਗਈ ਹੈ ਜੀ। ਜਿਨ੍ਹਾਂ ਦੇ ਕਾਰਡ ਕੱਟੇ ਗਏ ਆ ਅਸੀਂ ਉੱਥੋਂ ਦੇ ਸਰਪੰਚ ਜਿਹੜੇ ਹੈਗੇ ਆ ਉਹਨਾਂ ਨੂੰ ਕਿਹਾ ਵੀ ਸੀ ਕਿ ਜਿਹੜਾ ਉੱਪਰੋਂ ਸਰਕਾਰ ਵੱਲੋਂ ਜੋ ਰਾਸ਼ਨ ਆਇਆ ਹੈ ਉਹ ਬਾਕੀ ਦੇ ਪਰਿਵਾਰਾਂ ਨੂੰ ਦੇ ਦਿੱਤਾ ਜਾਊਗਾ ਪਰ ਉਸਦੇ ਬਾਵਜੂਦ ਅੱਜ ਉਹਨਾਂ ਨੇ ਜਿਹੜਾ ਹੈਗਾ ਪਿੰਡ 'ਚ ਕਾਨੂੰਨ ਦੀ ਸਥਿਤੀ ਜਿਹੜੀ ਹੈਗੀ ਆ ਉਹ ਖਰਾਬ ਕੀਤੀ ਹੈ ਅਤੇ ਕੋਈ ਵੀ ਜ਼ਿੰਮੇਵਾਰ ਆਫਿਸਰ ਜਿਹੜਾ ਹੈਗਾ ਕਦੇ ਵੀ ਜਾ ਕੇ ਇਹ ਨਹੀਂ ਕਹੂਗਾ ਕਿ ਜਨਤਾ ਨੂੰ ਜਿਹੜਾ ਹੈਗਾ ਉਹ ਟਰੱਕ ਦੇ ਥੱਲੇ ਦੇ ਦਿਓ ਜਾਂ ਕੁਛ ਦੇ ਦਿਓ। ਅਸੀਂ ਜਿਹੜਾ ਹੈਗਾ ਉੱਥੇ ਆਪਣਾ ਕੰਮ ਕਰਨ ਗਏ ਸੀ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਸਾਂਭਣ ਗਏ ਸੀ ਉਹਨਾਂ ਨੂੰ ਕਹਿਣ ਗਏ ਸੀ ਕਿ ਜਿੰਨੇ ਵੀ ਲੋਕ ਜਿਹੜੇ ਹੈਗੇ ਜਿਨ੍ਹਾਂ ਦੇ ਕਾਰਡ ਕੱਟੇ ਗਏ ਆ ਅਤੇ ਗਰੀਬ ਨੇ ਉਹਨਾਂ ਨੂੰ ਸਰਕਾਰੀ ਰਾਸ਼ਨ ਦੇ ਦਿੱਤਾ ਜਾਊਗਾ ਪਰੰਤੂ ਉਹਨਾਂ ਨੇ ਸਾਡੀ ਗੱਲ ਜਿਹੜੀ ਹੈ ਨਹੀਂ ਮੰਨੀ ਅਤੇ ਉਹਨਾਂ ਨੇ ਜਿਹੜੇ ਕਾਨੂੰਨ ਦੀ ਸਥਿਤੀ ਵੀ ਭੰਗ ਕੀਤੀ ਅਤੇ ਕਰਫਿਊ ਦੀ ਵੀ ਉਲੰਘਣਾ ਜਿਹੜੀ ਹੈਗੀ ਉਹ ਕੀਤੀ ਹੈ। ਸਲਿਊਸ਼ਨ ਇਹੀ ਹੈ ਜੀ ਫਿਲਹਾਲ ਅਸੀਂ ਜਿਨ੍ਹਾਂ ਦੇ ਕਾਰਡ ਔਨਲਾਈਨ ਹੈਗੇ ਆ ਉਹਨਾਂ ਨੂੰ ਅਸੀਂ ਕਣਕ ਜਿਹੜੀ ਹੈਗੀ ਉਹ ਦੇ ਰਹੇ ਹਾਂ ਜਿਨ੍ਹਾਂ ਦੇ ਨਹੀਂ ਹੋਏ ਜਿਹੜੇ ਵਾਕਈ ਗਰੀਬ ਘਰ ਦੇ ਹੈਗੇ ਉਹਨਾਂ ਨੂੰ ਅਸੀਂ ਸਰਕਾਰੀ ਰਾਸ਼ਨ ਜਿਹੜਾ ਉੱਪਰੋਂ ਆਇਆ ਹੋਇਆ ਅਸੀਂ ਉਹ ਦੇ ਰਹੇ ਹਾਂ। ਬਿਊਰੋ ਰਿਪੋਰਟ ਵਿਜ਼ਨ ਪੰਜਾਬ ਟੀਵੀ।